ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ, ਜਿਸ ਤੋਂ ਪਹਿਲਾਂ ਅੱਜ ਕੌਮੀ ਕਿਸਾਨ ਯੂਨੀਅਨ ਦੇ ਕਈ ਆਗੂ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਔਰ ਦੱਸ ਦਈਏ ਕਿ ਇਹ ਸ਼ੰਭੂ ਬਾਰਡਰ ਹੈ, ਜਿਸ 3 ਪੁਆਇੰਟ ਤੈਅ ਕੀਤੇ ਗਏ ਸੀ, ਜਿਸ ਤੋਂ ਪਹਿਲਾਂ ਜਿਸ ਦੇ ਵਿੱਚ ਸ਼ੰਭੂ ਬਾਰਡਰ ਜੋ ਕਿ ਹਰਿਆਣਾ ਔਰ ਪੰਜਾਬ ਦਾ ਬਾਰਡਰ ਹੈ, ਔਰ ਦੂਸਰੀ ਤਰਫ ਘਨੌਰੀ ਬਾਰਡਰ ਜੋ ਕਿ ਪਟਿਆਲੇ ਦੇ ਵਿੱਚ ਸਥਿਤ ਹੈ, ਔਰ ਤੀਸਰਾ ਜਿਹੜਾ ਉਹ ਡੱਬ ਵਾਲੀ ਬਾਰਡਰ ਜਿਹੜਾ ਪੁਆਇੰਟ ਦੱਸਿਆ ਗਿਆ ਸੀ। ਲੇਕਿਨ ਉਸ ਤੋਂ ਪਹਿਲਾਂ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਪੂਰੇ ਰਸਤੇ ਜਿਹੜੇ ਨੇ ਉਹ ਜਾਣ ਦੇ ਲਈ ਬੰਦ ਕਰ ਦਿੱਤੇ ਗਏ ਨੇ। ਤਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਉਂਦੇ ਕਿ ਇਸ ਵਕਤ ਸ਼ੰਭੂ ਬਾਰਡਰ ਦੇ ਉੱਪਰ ਖੜ੍ਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਨੇ ਪੰਜਾਬ ਤੋਂ ਤਰਫੋਂ, ਦੂਸਰੀ ਤਰਫ ਜਿਹੜੇ ਹਰਿਆਣੇ ਦੇ ਬਾਰਡਰ ਨੇ ਉਹਨਾਂ ਨੂੰ 3 ਲੇਅਰਾਂ ਦੇ ਵਿੱਚ ਸਲੈਬ ਦੇ ਨਾਲ ਬੰਦ ਕਰ ਦਿੱਤਾ ਗਿਆ, ਔਰ ਦੂਸਰੀ ਤਰਫ ਵੱਡੀ ਫੋਰਸ ਜਿਹੜੀ ਆ ਉਹ ਭਾਰੀ ਗਿਣਤੀ ਦੇ ਵਿੱਚ ਤੈਨਾਤ ਕਰ ਦਿੱਤੀ ਗਈ। ਲੇਕਿਨ ਦੂਸਰੀ ਤਰਫ ਜਿਹੜਾ ਇਹ ਘੱਗਰ ਦਰਿਆ ਵਾਲਾ ਰਸਤਾ ਜਾਂਦਾ, ਇਸ ਨੂੰ ਵੀ ਪੁੱਟ ਦਿੱਤਾ ਗਿਆ, ਕਿਉਂਕਿ ਪਿਛਲੇ ਸਮੇਂ ਦੌਰਾਨ ਜਦੋਂ ਦਿੱਲੀ ਅੰਦੋਲਨ ਦੇ ਲਈ ਕਿਸਾਨ ਜਥੇਬੰਦੀਆਂ ਪਹੁੰਚੀਆਂ ਸੀ ਤਾਂ ਪੂਰਾ ਰਸਤਾ ਇਹ ਵਰਤੋਂ ਦੇ ਵਿੱਚ ਆਇਆ ਸੀ, ਔਰ ਬੈਰੀਕੇਡਿੰਗ ਜਿਹੜੀ ਸੀ ਇਸ ਇਹਨਾਂ ਰਾਹੀਂ ਹੀ ਹੇਠਾਂ ਸੁੱਟੀ ਗਈ ਸੀ। ਲੇਕਿਨ ਹੁਣ ਗੱਲ ਕਰੀਏ ਤਾਂ ਕੀ ਕੁਝ ਤਿਆਰੀਆਂ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਮੀਟਿੰਗ ਵੀ ਜਿਹੜੀ ਉਹ ਕੀਤੀ ਗਈ ਹੈ 2 ਵਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ। ਲੇਕਿਨ ਹੁਣ ਕੀ ਕੁਝ ਇਸ ਦੇ ਵਿੱਚ ਖਾਸ ਰਹੇਗਾ, ਗੱਲਬਾਤ ਕਰਦੇ ਹਾਂ। ਕੌਮੀ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ, ਜਾਇਜ਼ਾ ਲੈ ਰਹੇ ਨੇ। ਸਰ ਕੀ ਸ਼ੁਭ ਨਾਮ ਹੈ ਤੁਹਾਡਾ ਜੀ? ਸਾਡਾ ਨਾਮ ਰਣਜੀਤ ਸਿੰਘ ਗੁੱਗੀ ਹੈ ਜੀ, ਫੈਜ਼ਗੜ੍ਹ ਮੇਰਾ ਪਿੰਡ ਹੈ। ਰਣਜੀਤ ਜੀ, ਤੁਸੀਂ ਸਮਰਥਨ ਨਹੀਂ ਕਰ ਰਹੇ ਇਸ ਕਿਸਾਨ ਜਥੇਬੰਦੀਆਂ ਨੂੰ, ਜਿਹੜੀਆਂ ਗੈਰ ਰਾਜਨੀਤਿਕ ਨੇ, ਸੰਯੁਕਤ ਕਿਸਾਨ ਮੋਰਚਾ, ਲੇਕਿਨ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋ, ਕੀ ਇਹਦੇ ਪਿੱਛੇ ਕੀ ਕਾਰਨ ਹੈ? ਨਹੀਂ ਜੀ, ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਹਿਸਾਬ ਨਾਲ ਸਾਨੂੰ ਹੁਕਮ ਮੰਨਣਾ ਪੈਂਦਾ, ਪਰ ਅਸੀਂ ਅੰਦਰੋਂ ਤਾਂ ਇਹਨਾਂ ਦੇ ਨਾਲ ਹੀ ਹਾਂ। ਜੇਕਰ ਜ਼ਿਆਦਾ ਮੋਰਚਾ ਲੱਗੂਗਾ ਤਾਂ ਅਸੀਂ ਵੀ ਸਪੋਰਟ ਕਰਾਂਗੇ। ਜੇਕਰ ਇਸ ਜਗ੍ਹਾ ਦੇ ਉੱਪਰ ਹੁਣ 3 ਪੁਆਇੰਟ ਪਹਿਲਾਂ ਹੀ ਤੈਅ ਕਰ ਦਿੱਤੇ ਗਏ ਨੇ, ਜਿਵੇਂ ਜਿਸ ਦੇ ਵਿੱਚ ਇੱਕ ਸ਼ੰਭੂ ਬਾਰਡਰ ਆਉਂਦਾ ਹੈ, ਦੂਸਰਾ ਡੱਬ ਵਾਲੀ ਔਰ ਤੀਸਰਾ ਜਿਹੜਾ ਘਨੌਰੀ ਬਾਰਡਰ ਆਉਂਦਾ ਹੈ, ਉਹ ਤਿੰਨਾਂ ਦੇ ਵਿੱਚ ਹੁਣ ਇਹ ਸ਼ੰਭੂ ਬਾਰਡਰ ਇੱਕ ਮੁੱਖ ਰਸਤਾ ਜਿਹੜਾ ਪੰਜਾਬ ਹਰਿਆਣਾ ਨੂੰ ਕਨੈਕਟ ਕਰਦਾ, ਔਰ ਇਸੇ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਵੱਡੀ ਜਿਹੜੀ ਬੈਰੀਕੇਡਿੰਗ ਕੀਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ, ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਕੀ ਮੰਸ਼ਾ ਲੱਗਦੀ ਹੈ? ਇੱਕ ਪਾਸੇ ਮੀਟਿੰਗ ਦੇ ਲਈ ਬੁਲਾ ਰਹੇ ਨੇ ਔਰ ਦੂਸਰੀ ਤਰਫ ਹੁਣ ਇਹ ਰਸਤਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ? ਨਹੀਂ, ਇਹ ਤਾਂ ਇਹਨਾਂ ਨੇ ਅੱਗੇ ਵੀ ਕਰ ਲਿਆ ਸੀਗਾ ਜਦੋਂ 2020 ਦਾ ਮੋਰਚਾ ਲਾਇਆ ਸੀ। ਉਹ ਤਾਂ ਅਸੀਂ ਜੇ ਆਪਣੀ ਆਈ ਤੇ ਜੇ ਸਾਡੀਆਂ ਨਹੀਂ ਮੰਗਾਂ ਮੰਨਦੇ, ਅੱਜ ਮੀਟਿੰਗ ਦੇ ਵਿੱਚ ਕੱਲ ਨੂੰ ਹੋ ਰਹੀ ਹੈ, ਉਹਦੇ ਬਾਅਦ ਫਿਰ ਅਸੀਂ ਕੋਈ ਨਾ ਕੋਈ ਹੱਲ ਤਾਂ ਲੱਭਾਂਗੇ। ਅਸੀਂ ਇਹਦੇ ਨਾਲ ਚੱਲਾਂਗੇ, ਜਿੰਨੀਆਂ ਯੂਨੀਅਨ ਨੇ ਸਾਡੇ ਤੇ, ਅਸੀਂ ਵੀ ਕਿਸਾਨ ਹੈ। ਅਸੀਂ ਕਹਿੰਦੇ ਹਾਂ ਵੀ ਜੇ ਇਹ ਮੰਗਾਂ ਮੰਨੀਆਂ ਜਾਣ ਤਾਂ ਬਹੁਤ ਵਧੀਆ ਗੱਲ ਹੈ। ਇਲੈਕਸ਼ਨ ਸਿਰ ਤੇ ਖੜਾ, ਕੱਲ ਨੂੰ ਇਹਨਾਂ ਨੇ ਪੰਜਾਬ 'ਚ ਆਉਣਾ ਹੈ, ਅਸੀਂ BJP ਦਾ ਵਿਰੁੱਧ ਕਾਲੀਆਂ ਝੰਡੀਆਂ ਦੇਵਾਂਗੇ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ। ਅਜੇ ਤੱਕ ਸਾਡੇ ਕਾਲੇ ਕਾਨੂੰਨ ਹੀ ਵਾਪਸ ਲਏ ਨੇ, ਬਾਕੀ ਤਾਂ ਸਾਰੇ ਮਸਲੇ ਉੱਦਾਂ ਹੀ ਪਏ ਨੇ। ਜੇਕਰ ਦੇਖੋ ਰਣਜੀਤ ਜੀ, ਮੰਗਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਹੁਣ 18 ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ, ਮੰਗਾਂ ਕੀ ਨੇ, ਮੁੱਖ ਮੰਗਾਂ ਕਿਹੜੀਆਂ ਕਿਹੜੀਆਂ? ਮੁੱਖ ਮੰਗਾਂ ਜੀ ਸਾਡੀਆਂ, ਇੱਕ ਤਾਂ ਸਵਾਮੀਨਾਥਨ ਪੁਲ ਲਾਗੂ ਹੋਣੀ ਚਾਹੀਦੀ ਆ। ਉਹ ਸਨਮਾਨ ਤਾਂ ਕਰਦੇ ਨੇ, ਕਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਕਰਤਾ, ਕਦੇ ਉਹਦੀ ਬੇਟੀ ਨੂੰ ਕਰਤਾ। ਪੰਜਾਬ ਦੇ ਇੰਡੀਆ ਦੇ ਕਿਸਾਨ ਵਾਸਤੇ ਸਵਾਮੀਨਾਥਨ ਪੁਰ 2022 ਦੀ ਸਟਾਰਟ ਲਿਖੀ ਹੋਈ ਹੈ ਅਤੇ ਉਹਨੂੰ ਅੱਜ ਤੱਕ ਇਹਨੇ ਲਾਗੂ ਨਹੀਂ ਕੀਤਾ। 2014 ਦੇ ਵਿੱਚ ਮੈਨੀਫੈਸਟੋ 'ਚ ਮੋਦੀ ਸਾਹਿਬ ਦਾ ਲਿਖਿਆ ਹੋਇਆ ਸੀਗਾ ਬਈ ਇਹ ਮੈਂ ਲਾਗੂ ਕਰੂੰਗਾ ਮੇਰੀ ਸਰਕਾਰ ਬਣ ਜਾਵੇ। ਅੱਜ ਉਹਨੂੰ 10 ਸਾਲ ਪੂਰੇ ਹੋਣ ਵਾਲੇ ਨੇ, ਉਹਨੇ ਅਜੇ ਤੱਕ ਸਵਾਮੀਨਾਥਨ ਪੁਰ ਲਾਗੂ ਨਹੀਂ ਕੀਤੀ। ਅਤੇ ਦੂਸਰੀ ਗੱਲ ਹੈ ਵੀ ਜਿੰਨੇ ਮਤਲਬ ਸਾਡੇ ਸ਼ਹੀਦ 2020 ਤੋਂ 21 ਮੋਰਚੇ 'ਚ ਸ਼ਹੀਦ ਹੋਏ ਨੇ, ਉਹਨਾਂ ਦਾ ਮਤਲਬ ਪੰਜਾਬ ਸਰਕਾਰ ਤਾਂ ਕੁਝ ਦੇ ਹੀ ਗਈ ਆ, ਲੇਕਿਨ ਇਹਨਾਂ ਨੇ ਕੁਝ ਨਹੀਂ ਦਿੱਤਾ ਹੈਗਾ। ਜਦੋਂ ਹੁਣ ਗੱਲ ਆਉਂਦੀ ਹੈ ਅੰਦੋਲਨ ਦੀ, ਅੰਦੋਲਨਾਂ ਦੇ ਲਈ ਕਿਸਾਨ ਜਿਹੜੇ ਪਹਿਲਾਂ ਤੋਂ ਹੀ ਪੈਰ ਪੱਕੇ ਕੀਤੇ ਹੋਏ ਆ, 3 ਸਾਲ ਜਿਹੜਾ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਵੀ ਅੰਦੋਲਨ ਵੱਡਾ ਲੱਗਾ ਸੀ ਦਿੱਲੀ ਦੇ ਵਿੱਚ, ਔਰ ਹੁਣ ਵੀ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ, ਪ੍ਰਸ਼ਾਸਨ ਗੱਲਬਾਤ ਦੀ ਵੀ ਕੋਸ਼ਿਸ਼ ਕਰ ਰਿਹਾ ਜਿਹੜਾ ਹਰਿਆਣੇ ਦਾ ਹੈਗਾ, ਕੇਂਦਰ ਸਰਕਾਰ ਵੀ ਗੱਲਬਾਤ ਦੀ ਕੋਸ਼ਿਸ਼ ਕਰ ਰਹੇ, ਲੇਕਿਨ ਫਿਰ ਇਹ ਪੁਖਤਾ ਪ੍ਰਬੰਧ ਜਿਹੜੇ ਕਰ ਰਹੇ ਨੇ, ਦੇਖੋ ਕਿਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਜਾ ਰਹੀ ਹੈ, ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਹੈ, ਕੀ ਮੰਸ਼ਾ ਕੀ ਹੈ ਦੀ? ਨਹੀਂ, ਇਹ ਤਾਂ ਮਾੜਾ ਮੋਟਾ ਇਹਨਾਂ ਦਬਕਾ ਵੀ ਕਿਸਾਨ ਪਿੱਛੇ ਹੀ ਰਹਿਣ ਅਤੇ ਜਿਹੜੇ ਬੰਦੇ ਨੇ ਉਹ ਸਾਡੇ ਨਾਲ ਗੱਲਬਾਤ ਕਰਨ। ਪਰ ਗੱਲਬਾਤ ਅੱਗੇ ਵੀ 2-3 ਵਾਰ ਬੈਠੀ ਆ ਮੀਟਿੰਗ, ਜਦੋਂ ਮੋਰਚਾ ਲੱਗਿਆ ਸੀਗਾ, ਕੁਝ ਇਹ ਮੰਨ ਲੈਂਦੇ ਨੇ, ਕੁਝ ਵਿਚਾਲੇ ਛੱਡ ਜਾਂਦੇ, ਲਿਖਤੀ ਰੂਪ ਸਾਡੇ ਕੋਲ ਕੁਝ ਨਹੀਂ ਆਇਆ ਅਜੇ ਤੱਕ।
ਹੁਣ ਅਗਲੇਰੀ ਜਿਹੜੀ ਰਣਨੀਤੀ ਆ ਉਹ ਕੀ ਤੈਅ ਕੀਤੀ ਗਈ ਆ? 13 ਤਰੀਕ ਨੂੰ ਦਿੱਲੀ ਜਾਣਾ ਹੈ ਕਿਸਾਨਾਂ ਨੇ ਜਾਂ ਕਿਤੇ? ਨਹੀਂ ਜੀ, ਕੋਸ਼ਿਸ਼ ਤਾਂ ਸਾਰੇ ਕਰਨਗੇ, ਜੇ ਭੰਦੇਰ ਜਾ ਰਿਹਾ ਤਾਂ ਅਸੀਂ ਵੀ ਉਹਨਾਂ ਦੇ ਨਾਲ ਹੀ ਆਵਾਂਗੇ। ਅਸੀਂ ਇਹ ਨਹੀਂ ਹੈ ਵੀ ਸਾਡਾ ਕਿਤੇ ਨਹੀਂ, ਸਾਰੀਆਂ ਕਿਉਂ ਮੰਗਾਂ ਸਭ ਦੀਆਂ ਬਰਾਬਰ ਨੇ। ਕਿਸਾਨ ਅਤੇ ਮਜ਼ਦੂਰ ਤਾਂ ਜਕੜਿਆ ਗਿਆ, ਇਹ ਤਾਂ ਬਹੁਤ ਔਖਾ ਹੈ, ਮਿਹਨਤ ਕਰਕੇ ਢਿੱਡ ਭਰ ਕੇ ਮਸੀ ਰੋਟੀ ਖਾਂਦਾ। ਜੇ ਸਵਾਮੀਨਾਥਨ ਪੋਲ ਲਾਗੂ ਕੀਤੀ ਜਾਂਦੀ ਤਾਂ ਅੱਜ ਕਿਸਾਨ ਇੰਡੀਆ ਦਾ ਖਸਾਰ ਹੋਣਾ ਸੀ। ਉਹਨੂੰ ਪਹਿਲਾਂ ਕਾਂਗਰਸ ਨੇ ਨਹੀਂ ਮਤਲਬ ਲਾਗੂ ਕੀਤਾ, ਨਾ ਹੁਣ ਇਹ ਕਰਦੇ ਨੇ। ਇਹਦੇ ਨਾਲ ਤਾਂ ਪਾਕਿਸਤਾਨ ਦਾ ਬਾਰਡਰ ਖੋਲ੍ਹਦੇ ਨੇ, ਉੱਥੇ ਬਥੇਰੀ ਮਹਿੰਗਾਈ ਹੈ, ਅਸੀਂ ਆਪਣਾ ਬਾਰਡਰ 'ਤੇ ਆਪਣੀ ਸੇਲ ਕਰਿਆ ਕਰੀਏ ਕਣਕ, ਇੱਧਰ ਨੂੰ ਕੀ ਲੋੜ ਆ ਜੀ, ਇਹਨਾਂ ਕੋਲ ਵੱਧ ਆ ਗਈ ਤਾਂ ਅਸੀਂ ਪਾਕਿਸਤਾਨ ਨੂੰ ਦੇ ਦਿੰਦੇ, ਸਾਡੇ ਬਾਰਡਰ ਤਾਂ ਖੋਲ੍ਹ ਲੈਣ। ਇਹਨਾਂ ਦੀ ਇਹ ਆਪ ਗੱਲਬਾਤ ਕਰਦੇ ਨੇ, ਸਾਨੂੰ ਉਹਨਾਂ ਲੋਕਾਂ ਨਾਲ ਮਿਲ ਕੇ ਕੰਮ ਕਰ ਲੈਣ ਦਿਉ, ਤਾਂ ਵੀ ਕੀ ਗੱਲ। ਇਹ ਤਾਂ ਪੰਜਾਬ ਨੂੰ ਬਦਨਾਮ ਕੀਤਾ, ਨਸ਼ਾ ਸਿੱਟ ਤਾਂ ਇੱਦਾਂ ਚਿੱਟਾ ਚੱਲਦਾ, ਮੈਂ ਸੁਣਦਾ ਹਰ ਚੌਥਾ ਘਰ ਜਿਹੜਾ ਨਸ਼ੇ ਦੇ ਵਿੱਚ ਫਸਿਆ ਪਿਆ, ਨਸ਼ੇ ਦੀ ਦਲਦਲ 'ਚ। ਨੌਜਵਾਨ ਮੁੰਡੇ ਕੁੜੀਆਂ ਦੀ, ਸਾਡੇ ਪਹਿਲਾਂ ਮੁੰਡੇ ਹੀ ਖਾਂਦੇ ਸੀ, ਹੁਣ ਲੜਕੀਆਂ ਵੀ ਖਾਣ ਲੱਗ ਗਏ। ਜੇਕਰ ਹੁਣ ਗੱਲ ਕਰੀਏ ਸਰਕਾਰ ਦੀ, ਹੁਣ ਪੰਜਾਬ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਸੀ ਵੀ ਕੇਂਦਰ ਦੇ ਨਾਲ ਰਾਬਤਾ ਕਰਵਾਉਣ ਦੀ ਕਿਸਾਨਾਂ ਦਾ, ਲੇਕਿਨ ਫਿਰ ਵੀ ਕੋਈ ਮੰਗ ਜਿਹੜੀ ਹੈ ਉਹ ਸਿਰੇ ਨਹੀਂ ਚੜੀ, ਉਹਨੂੰ ਕਿਵੇਂ? ਨਹੀਂ ਜੀ, ਦੇਖੋ ਜੇ ਪੰਜਾਬ ਗੌਰਮੈਂਟ ਸੈਂਟਰ 'ਤੇ ਪ੍ਰਭਾਵ ਪਾਵੇ, ਉੱਥੇ ਕੇਜਰੀਵਾਲ ਵੀ ਬੈਠਾ, ਉਹ ਵੀ ਪੜ੍ਹਿਆ ਲਿਖਿਆ ਵਿਦਵਾਨ ਆ, ਜਿਹੜਾ ਦੋ ਸਟੇਟਾਂ ਦੇ ਵਿੱਚ ਆਪਣੀ ਸਰਕਾਰ ਬਣਾ ਗਿਆ, ਇਹਨਾਂ ਨਾਲ ਤਾਂ ਉੱਪਰ ਹੀ ਆ, ਨਹੀਂ ਇਹ ਤਾਂ ਕਿਸੇ ਦੇ ਪੈਰ ਵੀ ਨਹੀਂ ਲੱਗਣ ਦਿੰਦੇ ਸੀ। ਅਸੀਂ ਇਹ ਕਹਿੰਦੇ ਹਾਂ ਵੀ ਸਾਰੇ ਰਲ ਮਿਲ ਕੇ ਸਾਨੂੰ ਸਵਾਮੀਨਾਥਨ ਪੋਲ ਲਾਗੀ ਕਰੋ, ਅਤੇ ਜਿਹੜੇ ਸਾਡੇ ਬਾਕੀ ਹੋਰ ਮੰਗਾਂ ਨੇ, ਜਿਵੇਂ ਸਾਡੇ ਮੁੰਡੇ ਨੇ ਰਿਹਾ ਕਰ ਦਿਉ, ਉਹਨਾਂ ਦਾ ਦੋਸਤ ਕੋਈ ਨਹੀਂ, ਤੀਜੀ 35-35 ਸਾਲ ਦੇ ਉਮਰ ਅਰੈਸਟ ਕਰੇ ਹੋਏ ਨੇ। ਜਾਂ ਬੇਰੁਜ਼ਗਾਰੀ ਆ, ਬੇਰੁਜ਼ਗਾਰੀ ਲਈ ਬੱਚਾ ਚੋਰੀ ਵੀ ਕਰਦਾ, ਡਾਕੇ ਵੀ ਮਾਰਦਾ, ਗਲਤ ਰਸਤੇ 'ਤੇ ਵੀ ਚਲੇ ਜਾਂਦਾ। ਜੇ ਉਹਨਾਂ ਨੂੰ ਪਹਿਲਾਂ ਹੀ ਕੰਟਰੋਲ ਕੀਤਾ ਜਾਵੇ, ਹੁਣ ਬਾਹਰਲੇ ਮੁਲਕ ਨੇ ਉੱਥੇ ਮੁੰਡਿਆਂ ਨੂੰ ਸਾਰਾ ਪਹਿਲਾਂ ਹੀ ਕੰਟਰੋਲ ਕਰਕੇ ਰੱਖ ਦੇਣ, ਤਾਂ ਹੀ ਉਹ ਲੋਕਾਂ ਦੇ ਲੜਾਈ ਨਹੀਂ ਹੈ। ਸਾਡੇ ਭਾਰਤ ਦੇ ਵਿੱਚ ਹਰ ਸਟੇਟ ਦੇ ਵਿੱਚ ਲੜਾਈ ਆਪਣੀਆਂ ਮੰਗਾਂ ਵਾਸਤੇ, ਨੌਜਵਾਨ ਮੁੰਡੇ ਬੇਰੁਜ਼ਗਾਰ ਹੋ ਗਏ, ਸਾਡੀਆਂ ਕੁੜੀਆਂ ਡਿਗਰੀਆਂ ਕਰ ਕਰਕੇ ਬਾਹਰ ਨੂੰ ਭੱਜ ਰਹੇ ਨੇ ਸਾਡੇ ਪੰਜਾਬ ਦੇ ਵਿੱਚ। ਤੁਹਾਨੂੰ ਤਾਂ ਤੁਸੀਂ ਆਪ ਪੰਜਾਬ ਦੇ ਵਿੱਚ ਦੇਖ ਲਓ, ਹਰ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਦਾ ਮੁੰਡਾ ਜਿਹੜਾ 18-20 ਸਾਲ ਦਾ, ਸਭ ਬਾਹਰ ਨੂੰ ਭੱਜ ਰਹੇ ਨੇ ਅੰਗਰੇਜ਼ੀ ਪੜ੍ਹ ਕੇ, ਹੋਰ ਕੀ ਕਰਨ ਵਿਚਾਰ। ਜਦੋਂ ਹੁਣ ਕੱਲ੍ਹ ਨੂੰ ਪਰਸੋਂ ਜਦੋਂ ਲੈ ਕੇ ਆਉਣਾ ਇੱਥੇ ਪ੍ਰਦਰਸ਼ਨ ਹੋਣਾ, ਜੇ ਕੋਈ ਵਧੇਕੀ ਹੁੰਦੀ ਹੈ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਤੁਸੀਂ ਨਾਲ ਸਮਰਥਨ ਕਰੋਗੇ ਉਹਨਾਂ ਦਾ? ਹਾਂ ਕਰਾਂਗੇ ਜੀ, ਅਸੀਂ ਵੀ ਨਾਲ ਕਰਾਂਗੇ। ਅਸੀਂ ਆਪਣੇ ਪ੍ਰਧਾਨ ਸਾਹਿਬ ਨੂੰ ਕਹਾਂਗੇ, ਬਿੰਦਰ ਸਿੰਘ ਗੋਲੇਵਾਲ ਨੂੰ, ਵੀ ਭਾਈ ਦੇਖੋ ਆਪਣੀਆਂ ਮੰਗਾਂ ਨੇ ਸਾਰੀਆਂ ਯੂਨੀਅਨ ਨੇ ਇਕੱਠੀਆਂ ਹੋ, ਏਕੇ ਚੇ ਵਾਲਾ, ਅਸੀਂ ਤਾਂ ਇੰਡੀਆ ਦੀਆਂ ਯੂਨੀਅਨ ਨੂੰ ਵੀ ਇਕੱਠਾ ਸੁਨੇਹਾ ਦੇਵਾਂਗੇ ਵੀ ਤੁਸੀਂ ਇੱਧਰੋਂ ਆਓ, ਅਸੀਂ ਇੱਧਰੋਂ ਆਉਂਦੇ। ਜੇ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਸਾਨੂੰ ਸਦਾ ਲਈ ਸੰਘਰਸ਼ ਤਾਂ ਅਸੀਂ ਕਰਦੇ ਹੀ ਰਹੇ ਹਾਂ। ਸਾਨੂੰ 50 ਸਾਲ ਹੋ ਗਏ, ਮੈਨੂੰ ਤਾਂ 40 ਸਾਲ ਹੋ ਗਏ, ਅਤੇ 84 ਦਾ ਚੱਲਦਾ, ਅੱਜ ਮੇਰੀ 62 ਸਾਲ ਦੀ ਉਮਰ ਹੈ। ਮੈਂ ਤਾਂ ਇੱਕ ਇਹੋ ਜਿਹੇ ਮਤਲਬ ਹਰੇਕ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ, ਕਿਉਂਕਿ ਅਸੀਂ ਇੱਕ ਕਿਸਾਨ, ਭਾਵੇਂ ਸਾਡੇ ਪਰਿਵਾਰ ਸਾਨੂੰ ਰੱਬ ਦਾ ਬਹੁਤ ਕੁਝ ਦਿੱਤਾ ਹੋਇਆ, ਪਰ ਗਰੀਬ ਕਿਸਾਨ ਨੇ ਕੀਲਾ ਕੀਲਾ ਰਹਿ ਗਿਆ, ਕਿਸੇ ਕੋਲ ਬਿੱਘਾ ਰਹਿ ਗਿਆ, ਬੱਚੇ ਬੇਰੁਜ਼ਗਾਰ ਨੇ ਸਾਰੇ, ਇਹ ਹਾਲ ਹੋ ਰਿਹਾ। ਤਾਂ ਇਹ ਰਸਤਾ ਇੱਕ ਵਾਰ ਦਿਖਾ ਦਿੰਦੇ ਹਾਂ ਵੀ ਇਹੀ ਰਸਤਾ ਹੈ ਜਿਹੜਾ ਪੰਜਾਬ ਤੋਂ ਹਰਿਆਣਾ ਨੂੰ ਕਨੈਕਟ ਕਰਦਾ, ਔਰ ਦੂਸਰੀ ਤਰਫ ਬੈਰੀਗੇਟਿੰਗ ਜਿਹੜੀ ਉਹ ਪਹਿਲਾਂ ਤੋਂ ਹੀ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ। ਤਾਂ ਗੱਲਬਾਤ ਜਿਹੜੀ ਉਹ ਲਗਾਤਾਰ ਜਾਰੀ ਰੱਖਾਂਗੇ ਕੀ ਹੁਣ ਅਗਲੇਰੀ ਜਿਹੜੀ ਹੈ ਉਹ ਰਣਨੀਤੀ ਕੀ ਬਣਾਉਣੀ। ਤੁਸੀਂ ਵੀ ਕੌਮੀ ਕਿਸਾਨ ਯੂਨੀਅਨ ਤੋਂ ਹੋ, ਕਿਵੇਂ ਇਹ ਪੂਰਾ ਮਾਮਲੇ ਨੂੰ ਕਿਵੇਂ ਦੇਖਦੇ ਹੋ ਵੀ ਹੁਣ ਜਦੋਂ ਕੱਲ੍ਹ ਨੂੰ ਪਰਸੋਂ ਜਦੋਂ ਕਿਸਾਨਾਂ ਨੇ ਇੱਥੇ ਪਾਰ ਕਰਨਾ ਤਾਂ ਪੂਰਾ ਰਸਤਾ ਬੰਦ ਕਰ ਦਿੱਤਾ, ਸਮਰਥਨ ਤੁਸੀਂ ਵੀ ਦਿਓਗੇ ਕਿਉਂਕਿ ਤੁਹਾਡੀ ਰਾਜ ਜਿਹੜੀ ਜਥੇਬੰਦੀ ਹੈ ਨਹੀਂ ਵਿੱਚ ਪਹਿਲਾਂ? ਨਹੀਂ, ਜਥੇਬੰਦੀ ਸਾਡਾ SKMS ਸੰਯੁਕਤ ਕਿਸਾਨ ਮੋਰਚਾ ਸਾਡਾ ਵਿੱਚ ਹੈ ਨਹੀਂ, ਪਰ ਇਹ ਸਾਡੇ ਕਿਸਾਨ ਭਰਾ ਨੇ, ਜੇ ਇਹਨਾਂ ਨੂੰ ਲੋੜ ਪਈ ਤਾਂ ਸਾਰਾ ਸੰਯੁਕਤ ਕਿਸਾਨ ਮੋਰਚਾ SKM ਇਹਨਾਂ ਦੇ ਨਾਲ ਖੜ੍ਹਾ, ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਅਸੀਂ। ਸਾਡੇ ਸਾਰਾ ਸਾਡਾ ਪੰਜਾਬ, ਇਹ ਜਿਹੜੀਆਂ ਜਥੇਬੰਦੀਆਂ ਦਾ ਕੌਲ ਆ ਦਿੱਲੀ ਦੀ, ਉਹ ਵੀ ਸਾਡੀਆਂ ਹੀ ਨੇ। ਜੇ ਉਹਨਾਂ ਨੂੰ ਕੋਈ ਨਾ ਲੋੜ ਪੈਂਦੀ ਆ ਤਾਂ SKM ਸੰਯੁਕਤ ਕਿਸਾਨ ਮੋਰਚਾ ਸਾਡੀ ਕੌਮੀ ਕਿਸਾਨ ਯੂਨੀਅਨ ਉਹਨਾਂ ਦੇ ਨਾਲ ਖੜ੍ਹੀ ਆ ਡਟ ਕੇ। ਹੁਣ ਜਿਸ ਤਰੀਕੇ ਨਾਲ ਦੇਖ ਸਕਦੇ ਹਾਂ ਵੀ ਕਿਵੇਂ ਫੋਰਸ ਤੈਨਾਤ ਕਰ ਦਿੱਤੀ ਗਈ ਹੈ, ਇੱਕ ਪਾਸੇ ਪ੍ਰਸ਼ਾਸਨ ਗੱਲਬਾਤ ਦੀ ਵੀ ਕੋਸ਼ਿਸ਼ ਕਰਦਾ, ਔਰ ਜੇਕਰ ਗੱਲਬਾਤ ਦੀ ਕੋਸ਼ਿਸ਼ ਨਹੀਂ ਬਣਦੀ ਗੱਲ ਅੱਗੋਂ ਤਾਂ ਫਿਰ ਕੀ ਵਰਤਾਰਾ ਰਹੇਗਾ? ਅਤੇ ਜਿਸ ਤਰੀਕੇ ਨਾਲ ਕਿਵੇਂ ਸਲੈਬਾਂ 3-3 ਲੇਅਰਾਂ ਲਾਈਆਂ ਹੋਈਆਂ, ਬਾਅਦ ਦੇ ਵਿੱਚ ਸਰੀਏ ਫਸਾ ਦਿੱਤੇ ਗਏ, ਔਰ ਪੁਲਿਸ ਫੋਰਸ ਜਿਹੜੀ ਲਗਾਤਾਰ ਤੈਨਾਤ ਕੀਤੀ ਜਾ ਰਹੀ, ਵਧਾਈ ਜਾ ਰਹੀ। ਦੇਖੋ ਜੀ, ਜਿਹੜਾ ਟਕਰਾਅ ਹੋਣਾ
ਉਹ ਕਿਸਾਨਾਂ ਅਤੇ ਪੁਲਿਸ ਜਾਂ ਜਿਹੜੀਆਂ ਇਹਨਾਂ ਦੀਆਂ ਫੋਰਸਾਂ ਨੇ ਉਹਨਾਂ ਦੇ ਵਿੱਚ ਹੋਣਾ। ਸਰਕਾਰ ਤਾਂ ਮਹਿਲਾਂ ਦੇ ਵਿੱਚ ਬੈਠੀ ਆ, ਕਿਉਂ ਕਿਸਾਨ ਵੀ ਪਿੱਛੋਂ ਆਪਣਾ ਪੂਰਾ ਉਹਦੇ ਨਾਲ ਆਉਣਗੇ, ਦਲੇਰੀ ਦੇ ਨਾਲ ਆਉਣਗੇ। ਅਸੀਂ ਆਟੇ ਦੇ ਦੀਵੇ ਥੋੜ੍ਹੀ ਹਾਂ ਵੀ ਅਸੀਂ ਵਾਂਗ ਮਿਸਾਲਾਂ ਚਮਕਾਂਗੇ। ਅਸੀਂ ਕਿਸਾਨ ਵੀ ਪੂਰੇ ਜੋਸ਼ ਦੇ ਨਾਲ, ਹੋਸ਼ ਦੇ ਨਾਲ ਪੀਸਫੁੱਲੀ ਆਉਣਗੇ। ਜੇ ਹੁਣ ਦੇਖੋ, ਜੇ ਅਸੀਂ ਆਪਣੇ ਹੱਕ ਮੰਗਣ ਜਾਈਏ ਦਿੱਲੀ, ਦਿੱਲੀ ਸਾਡਾ ਅਧਿਕਾਰ ਆ, ਸਾਡਾ ਉੱਥੇ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ, ਗ੍ਰਹਿ ਮੰਤਰੀ ਬੈਠਾ, ਸਾਰਾ ਕੁਛ ਅਸੀਂ ਦਿੱਲੀ ਤੋਂ ਹੀ ਲੈਣਾ। ਪੰਜਾਬ ਇੱਕ ਹਿੱਸਾ ਦਿੱਲੀ ਦਾ। ਜੇ ਹੁਣ ਦਿੱਲੀ ਅਸੀਂ ਪੀਸਫੁੱਲੀ ਆਪਣੇ ਹੱਕ ਲੈਣ ਲਈ ਜਾ ਰਹੇ ਹਾਂ, ਤਾਂ ਆਹ ਸਰੀਏ ਲਾਉਣ ਦੀ ਜਾਂ ਐਡੇਡੀਆਂ ਆਹ ਮਸ਼ੀਨਰੀ, ਐਡੇਡੀਆਂ ਸਲੈਬਾਂ ਰੱਖਣ ਦੀ ਕੀ ਲੋੜ ਆ? ਇਹਨਾਂ ਨੇ ਜੋ ਕਿਸਾਨੀ ਅੰਦੋਲਨ ਵੇਲੇ ਜਿਹੜੇ ਵੱਡੇ ਹਾਲਾਤ ਹੁਣ ਦੇਖਣ ਨੂੰ ਮਿਲ ਰਹੇ ਨੇ, ਜੇ ਟਕਰਾਅ ਦੀ ਸਥਿਤੀ ਬਣਦੀ ਆ, ਸਰਕਾਰ ਨੇ ਬਾਅਦ 'ਚੋਂ ਕਹਿਣਾ ਕਿਸਾਨਾਂ ਦੇ ਮੜ ਦੇਣੀ ਆ ਇਹ ਚੀਜ਼, ਤਾਂ ਕਰ ਤਾਂ ਆਪ ਰਹੇ ਨੇ ਇਹ। ਤੁਸੀਂ ਇਹਨਾਂ ਨੂੰ ਖੁੱਲ੍ਹੇ ਰਹਿਣ ਦਿਉ, ਕਿਸਾਨਾਂ ਨੂੰ ਪੀਸਫੁੱਲੀ ਜਾਣ ਦਿਉ, ਤੁਸੀਂ ਆਪਣੀ ਫੋਰਸ ਨਾਲ ਲਾਓ। ਜੇ ਕੋਈ ਹਿੱਲੇਜੁੱਲ ਕਰਦਾ ਤਾਂ ਉਸਨੂੰ ਪਿਆਰ ਨਾਲ ਸਮਝਾਓ, ਨਹੀਂ ਸਮਝਦਾ ਤਾਂ ਪਰਚਾ ਦੇ ਦਿਉ। ਤੁਸੀਂ ਆਹ ਬੰਦ ਕਰਨ ਦੇ ਨਾਲ ਤੁਸੀਂ ਕਿਸਾਨਾਂ ਨੂੰ ਆਪਣੇ ਹੱਕ ਮੰਗਣ ਤੋਂ ਰੋਕ ਨਹੀਂ ਸਕਦੇ। ਧੰਨਵਾਦ। ਤਾਂ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਰੱਖਾਂਗੇ, ਕਿ ਜਿਹੜਾ ਇੱਕ ਗਰ ਦਰਿਆ ਦਾ ਰਸਤਾ ਹੈ ਉੱਧਰੋਂ ਤੁਹਾਡੇ ਲੋਕ ਜਿਹੜੇ ਨੇ ਉਹ ਦੂਸਰੀ ਤਰਫ ਹਰਿਆਣੇ ਵੱਲ ਨੂੰ ਜਾ ਰਹੇ ਨੇ, ਲੇਕਿਨ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਇਹ ਰਸਤਾ ਜਿਹੜਾ ਉਸਨੂੰ ਖੁਦਵਾ ਦਿੱਤਾ ਗਿਆ, ਔਰ ਤਾਂ ਜੋ ਲੋਕ ਜਿਹੜੇ ਨੇ ਕਿਸਾਨ ਜਥੇਬੰਦੀਆਂ ਦੇ ਟਰੈਕਟਰ ਨੇ ਇਹਨਾਂ ਰਸਤਿਆਂ ਥਾਣੀ ਹੇਠਾਂ ਨਾ ਉਤਰ ਸਕਣ, ਔਰ ਉਹ ਇਹ ਦਰਿਆ ਜਿਹੜਾ ਉਹ ਨਾ ਲੰਘ ਸਕਣ। ਤਾਂ ਦੂਸਰੀ ਤਰਫ ਜਿਹੜੀ ਨਿਗਾਹ ਜਿਹੜੀ ਕੈਮਰੇ ਦੀ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਵੀ ਪੈਂਦੀ ਹੈ ਫੋਰਸ ਜਿਹੜੀ ਆ ਉਹ ਲਗਾਤਾਰ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ, ਔਰ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਵੱਡੀ ਤਾਦਾਦ ਦੇ ਵਿੱਚ ਜਿੱਥੇ ਹੁਣ ਸੀਮਟ ਨਾਲ ਭਰੇ ਮਿਕਸਰ ਜਿਹੜੇ ਉਸ ਜਗ੍ਹਾ ਦੇ ਉੱਪਰ ਲਗਾ ਦਿੱਤੇ ਗਏ ਨੇ, ਔਰ ਲਗਾਤਾਰ ਜਿਹੜੇ ਸੀਮਟ ਮਿਕਸਰ ਨੇ ਉਹ ਸੜਕ ਦੇ ਉੱਤੇ ਜਿਹੜੀ ਬੰਦ ਕਰਨ ਦਾ ਰਸਤਾ ਉਹਨੂੰ ਕੰਮ ਕਰ ਰਹੇ ਨੇ। 3 ਲੇਅਰ ਦੀ ਜਿਹੜੀ ਸਲੈਬ ਹੈ ਉਸ ਜਗ੍ਹਾ ਦੇ ਉੱਪਰੋਂ ਬੈਰੀਕੇਟਿੰਗ ਕਰ ਦਿੱਤੀ ਗਈ, ਔਰ ਦੂਸਰੀ ਤਰਫ ਜਿਹੜੇ ਸਰੀਏ ਨੇ ਮੋਟੇ ਸਰੀਏ ਉਹ ਵੀ ਇਸ ਬੈਰੀਕੇਟਿੰਗ ਦੇ ਵਿੱਚ ਨਾਲ ਲਗਾ ਦਿੱਤੇ ਗਏ ਨੇ, ਤਾਂ ਜੋ ਕਿਸਾਨ ਜਥੇਬੰਦੀਆਂ ਨੂੰ ਇਸ ਬਾਰਡਰ ਤੋਂ ਲੰਘਣ ਤੋਂ ਰੋਕਿਆ ਜਾ ਸਕੇ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਸ਼ੰਭੂ ਬਾਰਡਰ। ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਪਰ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ, ਔਰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਇਹ ਬਾਰਡਰ ਦੇ ਵਿੱਚੋਂ ਦੀ ਜਿਹੜਾ ਰਸਤਾ ਹੈ ਉਧਰੋਂ ਦਰਿਆ ਥਾਣੀ ਨਿਕਲ ਕੇ ਜਾ ਰਹੇ। ਆਂਟੀ ਕਿੱਥੋਂ ਆਏ ਹੋ ਤੁਸੀਂ, ਔਰ ਕਿੱਧਰ ਜਾ ਕਿੱਧਰ ਆਏ ਹੋ? ਵਿੱਚੋਂ ਦੀ ਸ਼ਹਿਰ ਮੰਜੀ ਸਾਹਿਬ ਗੁਰਦੁਆਰਾ ਭੋਗ ਤੇ ਜਾ ਰਹੇ ਹਾਂ ਅਸੀਂ। ਮਤਲਬ ਦਰਿਆ ਦੇ ਵਿੱਚੋਂ ਦੀ ਕਿਉਂ ਲੰਘ ਰਹੇ ਹੋ? ਸੜਕ ਤੋਂ ਨਹੀਂ ਜਾਣ ਦਿੱਤਾ? ਸੜਕ ਬੰਦ ਕਰ ਰੱਖੀ ਹੈ, ਸੜਕ ਕਹਿੰਦੇ ਕੰਧਾਂ ਕੱਢਦੀਆਂ, ਟੱਪਣ ਨਹੀਂ ਦਿੰਦੇ। ਵੀ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਇਹ ਰਸਤੇ ਦੇ ਵਿੱਚੋਂ ਦੀ ਨਿਕਲ ਰਹੇ ਨੇ, ਇਹ ਦਰਿਆ ਜਿਹੜਾ ਘੱਗਰ ਦਰਿਆ ਹੈ, ਔਰ ਕੀ ਕੁਝ ਇਹਦੇ ਵਿੱਚ ਜਿਹੜਾ ਖਾਸ ਹੈ? ਹਾਲਾਂਕਿ ਪੁਲਿਸ ਜਿਹੜੇ ਪ੍ਰਸ਼ਾਸਨ ਵੱਲੋਂ, ਹਰਿਆਣਾ ਪ੍ਰਸ਼ਾਸਨ ਵੱਲੋਂ ਹੀ ਇਹ ਲੋਕ ਜਿਹੜੇ ਨੇ ਪਰੇਸ਼ਾਨ ਹੋ ਕੇ ਵਿੱਚੋਂ ਦੀ ਦਰਿਆ ਦੇ ਵਿੱਚੋਂ ਦੀ ਨਿਕਲ ਰਹੇ, ਕਿਉਂਕਿ ਵਜ੍ਹਾ ਇਹ ਹੈ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜਾ ਸ਼ੰਭੂ ਬਾਰਡਰ ਵਾਲਾ ਮੇਨ NH-44 ਹੈ ਉਸਨੂੰ ਬੰਦ ਕਰ ਦਿੱਤਾ ਗਿਆ, ਔਰ ਬੰਦ ਕਰਨ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਕੀ ਕੁਝ ਇਹਦੇ ਵਿੱਚ ਖਾਸ ਰਹਿਣ ਵਾਲਾ ਹੈ? ਕਿਉਂਕਿ 13 ਤਰੀਕ ਦਾ ਸਮਾਂ ਦਿੱਤਾ ਗਿਆ, ਲੇਕਿਨ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ 2 ਮੀਟਿੰਗਾਂ ਜਿਹੜੀਆਂ ਉਹ ਹੁਣ ਦੂਸਰੀ ਮੀਟਿੰਗ ਰੱਖ ਦਿੱਤੀ ਗਈ ਹੈ। ਪਹਿਲੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੇਵਲ ਪਰਚੇ ਰੱਦ ਕਰਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਆਉਂਦੀਆਂ ਸੀ, ਔਰ ਹੁਣ ਦਰਿਆ ਦੇ ਵਿੱਚੋਂ ਦੀ ਨਿਕਲ ਕੇ ਜਿਹੜੇ ਲੋਕ ਨੇ ਉਹ ਦੂਸਰੀ ਤਰਫ ਜਾ ਰਹੇ ਨੇ ਹਰਿਆਣਾ ਤੋਂ ਪੰਜਾਬ ਬਾਰਡਰ ਵੱਲ, ਜਿਹੜਾ ਸ਼ੰਭੂ ਬਾਰਡਰ ਦਾ ਹੈ ਰਸਤਾ ਹੈ। ਤਾਂ ਤਸਵੀਰਾਂ ਜਿਹੜੀਆਂ ਨੇ ਬੇਹੱਦ
ਹੈਰਾਨ ਕਰ ਦੇਣ ਵਾਲੇ ਹੈ, ਕਿਉਂਕਿ ਬਿਲਕੁਲ ਹੀ ਯਾਤਾਯਾਤ ਜਿਹੜੀ ਆਵਾਜਾਈ ਆ ਉਸਨੂੰ ਬੰਦ ਕਰ ਦਿੱਤਾ ਗਿਆ। ਜਿਹੜੇ ਲੋਕ ਨੇ ਜੋ ਕਿ ਕੁਝ ਹੀ ਦੂਰੀ ਦੇ ਉੱਪਰ ਰਹਿੰਦੇ ਨੇ ਔਰ ਉਹਨਾਂ ਨੂੰ ਵੀ ਇਸ ਰਸਤੇ ਥਾਈਂ ਨਿਕਲਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਹੈ, ਪੂਰਾ ਰਸਤਾ ਬੰਦ ਕਰ ਦਿੱਤਾ ਗਿਆ ਔਰ ਦਰਿਆ ਦੇ ਵਿੱਚੋਂ ਦੀ ਨਿਕਲ ਕੇ ਜਿਹੜੇ ਇਹ ਲੋਕ ਆਪਣੀ ਮੰਜ਼ਿਲ ਵੱਲ ਵੱਧ ਰਹੇ ਨੇ। ਹਾਲਾਂਕਿ ਕੀ ਕੁਝ ਜਿਹੜਾ ਖਾਸ ਰਹਿਣ ਵਾਲਾ ਹੈ ਇਹ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ 'ਤੇ ਜ਼ਾਹਰ ਹੋ ਰਿਹਾ, ਜਿੱਥੋਂ ਤੱਕ ਵੀ ਜਿਹੜੀ ਨਿਗਾਹ ਜਾਂਦੀ ਆ ਉਹ ਪੁਲਿਸ ਬਲ ਜਿਹੜਾ ਉਹ ਤੈਨਾਤ ਮੌਕੇ ਦੇ ਉੱਪਰ ਕੀਤਾ ਗਿਆ। ਔਰ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਪਰ ਬੈਰੀਕੇਡਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ, ਲਗਾਤਾਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੀਮਟ ਦੇ ਜਿਹੜੇ ਮਿਕਸਰ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਦੋਨੋਂ ਰਸਤੇ ਜਿਹੜੇ ਇੱਕ ਪਾਸੇ ਜਿਹੜਾ ਰਸਤਾ ਉਹ ਪੰਜਾਬ ਤੋਂ ਹਰਿਆਣਾ ਵਾਇਆ ਦਿੱਲੀ ਜਾਣ ਵਾਲਾ ਰਸਤਾ ਜਿਹੜਾ ਉਹ ਵੀ ਬੰਦ ਕੀਤਾ ਗਿਆ ਔਰ ਦੂਸਰੀ ਤਰਫ ਜਿਹੜਾ ਰਸਤਾ ਉਹ ਪੰਜਾਬ ਵੱਲ ਨੂੰ ਜਾਂਦਾ ਹੈ ਤਾਂ ਉਹ ਵੀ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ। ਔਰ ਹਾਲਾਂਕਿ ਹੁਣ 13 ਤਰੀਕ ਦਾ ਜਿਹੜਾ ਐਲਾਨ ਹੈ ਉਸ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾਵੇਗਾ ਜਾਂ ਫਿਰ ਦਿੱਲੀ ਕੂਚ ਕਰਨ ਦੇ ਲਈ ਇਜਾਜ਼ਤ ਦਿੱਤੀ ਜਾਵੇਗੀ ਔਰ 12 ਤਰੀਕ ਦੀ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੈ। ਕੇਂਦਰ ਸਰਕਾਰ ਦੇ ਨੁਮਾਇੰਦੇ ਪਹੁੰਚਣਗੇ, ਮੰਤਰੀ ਪਹੁੰਚਣਗੇ ਔਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਸ ਦੇ ਵਿੱਚ ਗੱਲਬਾਤ ਕੀ ਹੁੰਦੀ ਹੈ ਜਾਂ ਫਿਰ ਮੀਟਿੰਗ ਦਾ ਕੀ ਸਿਲਸਿਲਾ ਨਿਕਲਦਾ ਹੈ ਉਹਦੇ ਬਾਅਦ ਹੀ ਅਗਲਾ ਨਤੀਜਾ ਜਿਹੜਾ ਉਹ ਕੱਲ੍ਹ ਸ਼ਾਮ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਵਿੱਢ ਦਿੱਤਾ ਜਾਵੇਗਾ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।